ਭੇਦ ਖੋਲੀ ਨਾ, ਇੱਕ ਨਵੀਂ ਫਿਲਮ ਆਈ ਹੈ ਜਿਹੜੀ ਇਹ ਸੁਨੇਹਾ ਦੇ ਰਹੀ ਹੈ ਕਿ ਜਿਹੋ ਜਿਹੀ ਮਰਜ਼ੀ ਸਿਚੁਏਸ਼ਨ ਹੋਵੇ, ਜਿਹੋ ਜਿਹੇ ਮਰਜ਼ੀ ਹਾਲਾਤ ਹੋਣ, ਬਸ ਜੱਟਾ ਤੂੰ ਡੋਲੀ ਨਾ, ਜੱਟਾ ਤੂੰ ਡੋਲੀ ਨਾ। ਹਾਂਜੀ, 5 ਜਨਵਰੀ 2024 ਨੂੰ ਸਾਡੀ ਫਿਲਮ ਆ ਰਹੀ ਹੈ ਜੱਟਾ ਡੋਲੀ ਨਾ। ਅਤੇ ਇਹ ਫਿਲਮ ਇੱਕ ਐਕਸ਼ਨ ਰੋਮੈਂਟਿਕ ਬੇਸ 'ਤੇ ਫਿਲਮ ਹੈਗੀ ਆ। ਐਕਸ਼ਨ ਪਾਰਟ ਜਿਹੜਾ ਉਹ ਗੱਤਕੇ ਤੋਂ ਆਉਂਦਾ, ਅਤੇ ਇੱਕ ਲਵ ਸਟੋਰੀ ਨੂੰ ਅਸੀਂ ਬਹੁਤ ਹੀ ਬਰੀਕੀ ਦੇ ਨਾਲ, ਇੱਕ ਗੱਤਕੇ ਦੇ ਕੰਸੈਪਟ ਦੇ ਨਾਲ ਜੋੜ ਕੇ ਇੱਕ ਕ੍ਰੀਏਟਿਵ ਚੀਜ਼ ਲੋਕਾਂ ਦੇ ਮੂਹਰੇ, ਆਡੀਅੰਸ ਮੂਹਰੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ। ਜੱਟਾ ਡੋਲੀ ਜੀ, ਜੱਟ ਡੋਲਦਾ ਕਿਸ ਗੱਲ ਤੋਂ, ਕਿਹੜੀ ਗੱਲ ਤੋਂ ਕਿਹਾ ਯਾਰ ਕਿ ਡੋਲੀ ਨਾ ਜੀ? ਇੱਦਾਂ ਹੈ ਜਿੱਦਾਂ ਮੈਂ ਦੱਸਿਆ ਕਿ ਇੱਕ ਕਰੈਕਟਰ ਹੈਗਾ ਉਹ ਜਿਹੜਾ ਜੰਪਲ, ਉਹਦੀ ਪੰਜਾਬ ਦੀ ਹੁੰਦੀ ਹੈ ਲੇਕਿਨ ਮਦਰ ਉਹਦੀ ਹੈ ਨਹੀਂ ਗੀ, ਅਤੇ ਉਹਦਾ ਫਾਦਰ ਉਹਨੂੰ ਬਿਹਤਰ ਜ਼ਿੰਦਗੀ ਵਾਸਤੇ ਫੋਰਨ ਕੰਟਰੀ ਸ਼ਿਫਟ ਹੋ ਜਾਂਦਾ, ਕੰਮਾਂ ਕਾਰਾਂ 'ਚ ਰੁੱਝ ਜਾਂਦਾ ਉਹਦਾ ਫਾਦਰ, ਅਤੇ ਮੁੰਡਾ ਨਿਗਲੈਕਟ ਹੋ ਜਾਂਦਾ ਅਤੇ ਉਹ ਗਲਤ ਕੰਮਾਂ 'ਚ ਪੈ ਜਾਂਦਾ। ਮਾਈ ਨੇਮਸ ਕੇਡੀ ਨਾਟ ਕਿਰਨਦੀਪ। ਕਿਰਨਦੀਪ ਦੀ ਸੋਸਾਇਟੀ ਬਹੁਤ ਮਾੜੀ ਆ। ਟ੍ਰੇਲਰ ਦੇਖ ਰਿਹਾ ਸੀ ਉਹਨੂੰ, ਜਿਹੜਾ ਸੀ ਈਗੋ ਵਰਸਸ ਕੰਫੀਡੈਂਸ। ਹਾਂਜੀ ਹਾਂਜੀ, ਥੋੜਾ ਸਮਝਾਓਗੇ ਕਿ ਈਗੋ ਡੋਲ ਜਾਂਦੀ ਹੈ ਕਿ ਕੰਫੀਡੈਂਸ ਡੋਲ ਜਾਂਦਾ, ਹੁੰਦਾ ਕੀ? ਹਾਂਜੀ, ਬਹੁਤ ਵਧੀਆ ਤੁਹਾਡਾ ਸਵਾਲ ਹੈ। ਅਸੀਂ ਅੱਜ 6-7 ਦਿਨ ਹੋ ਗਏ ਇੰਟਰਵਿਊ ਕਰਦੇ ਨੂੰ, ਅਤੇ ਮੈਨੂੰ ਲੱਗਦਾ ਅੱਜ ਤੱਕ ਸਿਰਫ ਦੂਜੀ ਵਾਰ ਸਵਾਲ ਆਇਆ ਤੁਹਾਡੇ ਵੱਲੋਂ, ਅਤੇ ਬਹੁਤ ਅੱਛਾ ਸਵਾਲ ਹੈ ਜੀ। ਤੁਹਾਡੀ ਇੱਜ਼ਤ ਮੈਂ ਘਟਾਈ ਹੈ ਨਾ ਡੈਡ? ਆਈ ਸਵੇਅਰ ਔਨ ਯੂ, ਵਧਾਉਂਗਾ ਵੀ ਮੈਂ ਹੀ। ਅੰਕਲ ਜੀ, ਬਹੁਤ ਵਧੀਆ ਰਿਹਾ ਸਾਡਾ, ਬਹੁਤ ਸੋਹਣੀ ਜਰਨੀ ਸੀਗੀ, ਬਹੁਤ ਵਧੀਆ ਸਾਡਾ ਸਮੂਥਲੀ ਸ਼ੂਟ ਚੱਲਿਆ, ਬਹੁਤ ਅਸੀਂ ਇੰਜੋਏ ਕੀਤਾ ਸ਼ੂਟ ਦੇ, ਔਨ ਸਕਰੀਨ ਆਫ ਸਕਰੀਨ ਸਾਡੀ ਕੈਮਿਸਟਰੀ ਬਹੁਤ ਵਧੀਆ ਰਹੀ ਆ, ਬਹੁਤ ਸਟਰੋਂਗ ਕੈਮਿਸਟਰੀ ਸੀਗੀ, ਅਤੇ ਭੁਪਿੰਦਰ ਸਰ ਨੇ ਬਹੁਤ ਸੋਹਣੀ ਫਿਲਮ ਨੂੰ ਡਾਇਰੈਕਟ ਕੀਤਾ। ਮਾਲਾ, ਤੁਸੀਂ ਚਾਹੁੰਦੇ ਕਿੱਥੇ, ਦੱਸਿਆ ਵੀ ਨਹੀਂ, ਤੁਸੀਂ ਮੈਨੂੰ ਮਿਲਣ ਕਿਉਂ ਨਹੀਂ ਆਏ? ਆਈ ਕੁਡਨਟ ਸੀ ਯੂ ਲੀਵ। ਕੀ ਕਿਹਾ? ਕੁਛ ਨਹੀਂ ਕੁਛ ਨਹੀਂ, ਮੇਰਾ ਯਾਰ ਹੈ ਇਹ ਸੱਚ। ਕੋਈ ਡਾਇਲੋਗ ਮੈਨੂੰ ਚੇਤੇ ਨਹੀਂ, ਪਰ ਇੱਕ ਡਾਇਲੋਗ ਹੈਗਾ ਵੀ ਜਿੱਥੇ ਉਹ ਟੁੱਟ ਜਾਂਦਾ ਆਪਣੇ ਮੁੰਡੇ ਨੂੰ ਵੇਖ ਕੇ, ਵੀ ਇਹ ਸੁਧਰਦਾ ਹੀ ਨਹੀਂ ਆ। ਕਿਰਨ ਤੁਹਾਡਾ, ਹਾਂਜੀ, ਬੇਟੇ ਦਾ ਕਰੈਕਟਰ ਕੀਤਾ, ਤਾਂ ਉਹਦੇ ਵਿੱਚ ਉਹ ਕਹਿੰਦਾ ਵੀ ਚੰਗਾ ਹੁੰਦਾ ਤੂੰ ਵੀ ਆਪਣੀ ਮਾਂ ਦੇ ਨਾਲ ਹੀ ਮਰ ਜਾਂਦਾ, ਅਤੇ ਮੈਂ ਸੋਚਦਾ ਕਿ ਤੂੰ ਮੇਰਾ ਕੋਈ ਹੈ ਹੀ ਨਹੀਂ ਸੀ, ਇੱਦਾਂ ਦਾ ਇੱਕ ਡਾਇਲੋਗ ਸੀਗਾ। ਪਤਾ ਨਹੀਂ, ਬਟ ਇਹਦਾ ਜਨੂੰਨ ਦੇਖ ਕੇ ਕਿ ਫਿਰ ਮੈਂ ਮਨ ਜਾਣਾ ਵੀ ਠੀਕ ਹੈ ਤੈਨੂੰ ਗੱਤਕਾ ਸੁਣਾਇਆ ਸਿਖਾਊਂਗਾ, ਫਿਰ ਸਿਖਾਉਣੇ ਆ, ਬਹੁਤ ਮਿਹਨਤ ਇਹਦੇ ਵੱਲੋਂ ਵੀ ਹੁੰਦੀ, ਮੇਰੇ ਵੱਲੋਂ ਵੀ ਹੁੰਦੀ ਸਕਾਉਣ 'ਚ, ਅਤੇ ਅਲਟੀਮੇਟਲੀ ਤਾਂ ਫਿਰ ਹੈਪੀ ਐਂਡਿੰਗ, ਗੱਤਕਾ ਕੰਪਟੀਸ਼ਨ ਜਿੱਤਦਾ, ਅਤੇ ਮਤਲਬ ਬੜਾ ਚੈਲੇਂਜ ਮੇਰੇ ਲਈ ਚੈਲੇਂਜਿੰਗ ਕਰੈਕਟਰ ਸੀ, ਕਿਉਂਕਿ ਮੈਨੂੰ ਗੱਤਕਾ ਆਉਂਦਾ ਸਿੱਖਣਾ ਚਾਹੁੰਦਾ। ਸਿੱਖ ਮਾਰਸ਼ਲ ਆਰਟ ਸਿੱਖਣ ਲਈ ਮਿਹਨਤ ਬਹੁਤ ਕਰਨੀ ਪੈਂਦੀ। ਅੰਕਲ ਜੀ, ਮੈਂ ਪੂਰੀ ਜਾਨ ਲਾ ਦਊਂ। ਕਹਿੰਦੇ ਸਬਰ ਸੰਤੋਖ ਬਹੁਤ ਜ਼ਰੂਰੀ ਹੈ, ਖਿੱਚ ਕੇ ਉੱਚੀ ਬੋਲੀ ਨਾ, ਪਤਾ ਨਹੀਂ ਕੌਣ ਦਿਲ ਵਿੱਚ ਕੀ ਲੁਕੋ ਕੇ ਬੈਠਾ ਹੈ, ਹਰ ਇੱਕ ਨਾਲ ਦਿਲ ਦੇ ਭੇਦ ਖੋਲੀ ਨਾ, ਇੱਕ ਨਵੀਂ ਫਿਲਮ ਆਈ ਹੈ ਜਿਹੜੀ ਇਹ ਸੁਨੇਹਾ ਦੇ ਰਹੀ ਹੈ ਕਿ ਜਿਹੋ ਜਿਹੀ ਮਰਜ਼ੀ ਸਿਚੁਏਸ਼ਨ ਹੋਵੇ, ਜਿਹੋ ਜਿਹੇ ਮਰਜ਼ੀ ਹਾਲਾਤ ਹੋਣ, ਬਸ ਜੱਟਾ ਤੂੰ ਡੋਲੀ ਨਾ, ਜੱਟਾ ਤੂੰ ਡੋਲੀ ਨਾ। ਸਤਿ ਸ਼੍ਰੀ ਅਕਾਲ, ਬੀਬਤੀ ਨਵਾਂ ਸ਼ਹਿਰ ਦੇਖ ਰਹੇ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ, ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਸਾਥੀਓ, ਇਸ ਸਮੇਂ ਅਸੀਂ ਛਿੰਦੂਸ ਢਾਬੇ ਵਿਖੇ ਮੌਜੂਦ ਹਾਂ, ਅਮਰੀਕ ਭਾਅ ਜੀ ਸਾਡੇ ਨਾਲ ਨੇ ਢਾਬੇ ਦੇ ਓਨਰ, ਔਰ ਇਹਨਾਂ ਦੇ ਫਰੈਂਡ ਸਰਕਲ ਵਿੱਚੋਂ ਜੱਟਾ ਡੋਲੀ ਨਾਲ ਜਿਹੜੀ ਟੀਮ ਹੈ, ਫਿਲਮ ਦੀ ਟੀਮ ਇੱਥੇ ਪਹੁੰਚ ਰਹੀ ਹੈ, 5 ਤਰੀਕ ਨੂੰ ਫਿਲਮ ਰਿਲੀਜ਼ ਹੋਣੀ ਹੈ, ਸਟਾਰ ਕਾਸਟ ਸਾਰੀ ਇੱਥੇ ਆ ਰਹੀ ਹੈ, ਉਹਨਾਂ ਤੋਂ ਜਾਣਾਂਗੇ ਕਿ ਫਿਲਮ ਦੀ ਸਟਾਰਟਿੰਗ ਕਿਵੇਂ ਹੋਈ, ਕਿਵੇਂ ਉਹਨਾਂ ਨੇ ਪਟਕਥਾ ਜਿਹੜੀ ਆ ਉਹ ਘੜੀ ਹੈ, ਫਿਲਮ ਦੇ ਆਰਟਿਸਟ ਕਿਹੜੇ ਕਿਹੜੇ ਨੇ, ਕੀ ਕੀ ਉਹਨਾਂ ਨੇ ਜਿਹੜਾ ਤਜਰਬਾ ਇਸ ਫਿਲਮ ਵਿੱਚ ਗੇਨ ਕੀਤਾ, ਕਿਹੜੀਆਂ ਚੰਗੀਆਂ ਚੰਗੀਆਂ ਗੱਲਾਂ
ਉਹਨਾਂ ਨੇ ਸਿੱਖੀਆਂ ਔਰ ਆਮ ਜਨਤਾ ਨੂੰ ਜਿਹੜਾ ਸਾਡਾ ਪਰਿਵਾਰ ਘਰ ਬਹਿ ਕੇ ਇਹ ਵੀਡੀਓ ਦੇਖ ਰਿਹਾ ਉਹਨਾਂ ਤੱਕ ਕੀ ਸੁਨੇਹਾ ਭੇਜਣਾ ਚਾਹੁੰਦੇ ਆ ਪੂਰੀ ਜਾਣਕਾਰੀ ਲਵਾਂਗੇ। ਅਮਰੀਕ ਭਾਅ ਜੀ ਚੱਲੀਏ ਫਿਰ ਉੱਤੇ। ਹਾਂਜੀ ਹਾਂਜੀ ਅਮਰੀਕ ਭਾਅ ਜੀ ਉਹਨਾਂ ਨਵਾਂ ਪੋਰਸ਼ਨ ਵੀ ਬਣਾਇਆ ਉੱਤੇ ਉਹਦੀ ਵੀ ਬਹੁਤ ਜਲਦੀ ਅਸੀਂ ਓਪਨਿੰਗ ਕਰਾਂਗੇ ਅਤੇ ਮੇਰੇ ਖਿਆਲ ਸਟਾਰ ਕਾਸਟ ਆਉਣ ਵਾਲੀ ਆਪਾਂ ਪਹਿਲਾਂ ਜਾ ਕੇ ਅਰੇਂਜਮੈਂਟ ਕਰ ਲਈਏ। ਠੀਕ ਹੈ ਜੀ ਆ ਜਾਓ ਭਾਅ ਜੀ। ਹਾਂਜੀ 5 ਜਨਵਰੀ 2024 ਨੂੰ ਸਾਡੀ ਫਿਲਮ ਆ ਰਹੀ ਹੈ ਜੱਟਾ ਡੋਲੀਨਾ ਅਤੇ ਇਹ ਫਿਲਮ ਇੱਕ ਐਕਸ਼ਨ ਰੋਮੈਂਟਿਕ ਬੇਸ 'ਤੇ ਫਿਲਮ ਹੈਗੀ ਆ। ਐਕਸ਼ਨ ਪਾਰਟ ਜਿਹੜਾ ਉਹ ਗੱਤਕੇ ਤੋਂ ਆਉਂਦਾ ਅਤੇ ਇੱਕ ਲਵ ਸਟੋਰੀ ਨੂੰ ਅਸੀਂ ਬਹੁਤ ਹੀ ਬਰੀਕੀ ਦੇ ਨਾਲ ਇੱਕ ਗੱਤਕੇ ਦੇ ਕੰਸੈਪਟ ਦੇ ਨਾਲ ਜੋੜ ਕੇ ਇੱਕ ਕ੍ਰੀਏਟਿਵ ਚੀਜ਼ ਲੋਕਾਂ ਦੇ ਮੂਹਰੇ ਆਡੀਅੰਸ ਮੂਹਰੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ। ਅਤੇ ਇਸ ਫਿਲਮ ਦੇ ਵਿੱਚ 6 ਗਾਣੇ ਨੇ, ਦਲੇਰ ਮਹਿੰਦੀ ਭਾਅ ਜੀ, ਨਛੱਤਰ ਗਿੱਲ ਭਾਅ ਜੀ, ਫਿਰੋਜ਼ ਖਾਨ ਜੀ, ਸ਼ਿਪਰਾ ਗੋਇਲ ਜੀ, ਰੋਸ਼ਨ ਪ੍ਰਿੰਸ ਭਾਅ ਜੀ ਅਤੇ ਜੇ ਐੱਸ ਐੱਲ ਜੀ। ਅਤੇ ਇੱਕ ਸਟੋਰੀ ਦੇ ਵਿੱਚ ਇੱਕ ਕਰੈਕਟਰ ਹੈਗਾ, ਉਹਦੀ ਇੱਕ ਲਾਈਫ ਚੇਂਜਿੰਗ ਜਿਹੜਾ ਹੀਰੋ ਆ ਉਹਦੀ ਲਾਈਫ ਦੇ ਵਿੱਚ ਪਰਸਨੈਲਿਟੀ ਕਿਵੇਂ ਚੇਂਜ ਹੁੰਦੀ ਆ ਉਹਦੀ ਇੱਕ ਉਹ ਕਹਾਣੀ ਹੈ, ਕਿੱਦਾਂ ਉਹ ਬਾਹਰ ਰਹਿੰਦਾ ਹੁੰਦਾ ਵਿਗੜਿਆ ਹੁੰਦਾ ਜਦੋਂ ਵਾਪਸੀ ਆ ਕੇ ਇੰਡੀਆ ਦੇ ਵਿੱਚ ਆਪਣੀ ਸੱਭਿਅਤਾ ਨਾਲ ਜੁੜਦਾ ਮੁੜ ਕੇ, ਕਿੱਦਾਂ ਗੱਤਕਾ ਉਹਨੂੰ ਚੁਣਦਾ ਅਤੇ ਉਹਦੀ ਲਾਈਫ ਨੂੰ ਚੇਂਜ ਕਰਦਾ। ਅਤੇ ਉਸ ਕੰਸੈਪਟ ਦੇ ਦੁਆਲੇ ਘੁੰਮਦੀ ਹੋਈ ਇੱਕ ਬਹੁਤ ਸੋਹਣੀ ਜੀ ਕਹਾਣੀ ਹੈਗੀ ਹੈ ਜੀ ਹੈ। ਅਤੇ ਇਹ ਸਭ ਮੇਰੇ ਰਾਈਟ ਸਾਈਡ 'ਤੇ ਜਰਨੈਲ ਸਿੰਘ ਜੀ ਬੈਠੇ ਨੇ, ਇਹਨੂੰ ਸਭ ਤੁਸੀਂ ਜਾਣਦੇ ਹੋ, ਕਿਸੇ ਇੰਟਰੋਡਕਸ਼ਨ ਦੇ ਮਤਾਜ ਹੈ ਹੀ ਨਹੀਂ ਗਏ ਬਿਲਕੁਲ। ਉਹਨਾਂ ਤੋਂ ਉੱਧਰ ਫਿਲਮ ਦੇ ਡਾਇਰੈਕਟਰ ਸਾਹਿਬ ਬੈਠੇ ਨੇ ਭੁਪਿੰਦਰ ਸਿੰਘ ਬਮਰਾ ਜੀ, ਮੇਰੇ ਲੈਫਟ ਸਾਈਡ 'ਤੇ ਫਿਲਮ ਦੀ ਲੀਡ ਐਕਟਰੈਸ ਜੀ ਬੈਠੇ ਨੇ ਪ੍ਰਭ ਗਰੇਵਾਲ ਜੀ, ਅਤੇ ਉਹਨਾਂ ਦੇ ਲੈਫਟ ਸਾਈਡ ਦੇ ਉੱਤੇ ਸਨੀ ਗਿੱਲ ਜੀ ਬੈਠੇ ਨੇ। ਸਾਡੀ ਜਿਹੜੀ ਫਿਲਮ ਹੈ ਇਹਦੀ ਸਟਾਰ ਕਾਸਟ, ਮੇਨ ਲੀਡ ਮੈਂ ਪਲੇ ਕਰ ਰਿਹਾ ਕਿਰਨਦੀਪ ਰਾਇਤ, ਮੇਨ ਫੀਮੇਲ ਲੀਡ ਪ੍ਰਭ ਗਰੇਵਾਲ ਕਰ ਰਹੇ ਨੇ, ਜਰਨੈਲ ਸਿੰਘ ਜੀ, ਸ਼ਿਵਿੰਦਰ ਮਾਹਲ ਜੀ, ਪਰਮਿੰਦਰ ਗਿੱਲ ਮੈਡਮ, ਸਨੀ ਗਿੱਲ ਭਾਅ ਜੀ ਅਤੇ ਨੀਨਾ ਨਰਿੰਦਰ ਨੀਨਾ ਭਾਅ ਜੀ ਅਤੇ ਹੋਰ ਵੀ ਕਈ ਕਲਾਕਾਰ ਨੇ ਇਹਦੇ ਵਿੱਚ। ਅਤੇ ਗੱਤਕੇ ਦੇ ਉੱਤੇ ਬੇਸਡ ਇੱਕ ਸਟੋਰੀ ਹੈ ਜੀ, ਅਤੇ ਹਰ ਉਮਰ ਵਰਗ ਦੇ ਇਨਸਾਨ ਲਈ ਇਹਦੇ ਵਿੱਚ ਕੰਟੈਂਟ ਵੀ ਹੈਗਾ, ਐਂਟਰਟੇਨਮੈਂਟ ਵੀ ਹੈਗਾ ਅਤੇ ਕੁਛ ਨਾ ਕੁਛ ਸਿੱਖਣ ਨੂੰ ਵੀ ਮਿਲੇਗਾ। ਹੁਣ ਤੁਸੀਂ ਇਹਦੇ ਬਾਰੇ ਕੁਛ ਸਵਾਲ ਕਰ ਸਕਦੇ ਹੋ ਜੀ। ਕਿਰਨ ਜੀ, ਫਿਲਮ ਦਾ ਜਿਹੜਾ ਟਾਈਟਲ ਹੈ, ਨਾਮ ਹੈ ਜੱਟਾ ਡੋਲੀ ਨਾ ਜੀ, ਜੱਟ ਡੋਲ ਦਾ ਕਿਸ ਗੱਲ ਤੋਂ, ਕਿਹੜੀ ਗੱਲ ਤੋਂ ਕਿਹਾ ਜਾ ਰਿਹਾ ਕਿ ਡੋਲੀ ਨਾ ਜੀ? ਇੱਦਾਂ ਹੈ ਜਿੱਦਾਂ ਮੈਂ ਦੱਸਿਆ ਕਿ ਇੱਕ ਕਰੈਕਟਰ ਹੈਗਾ ਉਹ ਜਿਹੜਾ ਜੰਪਲ ਉਹਦੀ ਪੰਜਾਬ ਦੀ ਹੁੰਦੀ ਹੈ ਲੇਕਿਨ ਮਦਰ ਉਹਦੀ ਹੈ ਨਹੀਂ ਗੀ, ਅਤੇ ਉਹਦਾ ਫਾਦਰ ਉਹਨੂੰ ਬਿਹਤਰ ਜ਼ਿੰਦਗੀ ਵਾਸਤੇ ਫੋਰਨ ਕੰਟਰੀ ਸ਼ਿਫਟ ਹੋ ਜਾਂਦਾ, ਕੰਮਾਂ ਕਾਰਾਂ 'ਚ ਰੁੱਝ ਜਾਂਦਾ ਉਹਦਾ ਫਾਦਰ, ਅਤੇ ਮੁੰਡਾ ਨਿਗਲੈਕਟ ਹੋ ਜਾਂਦਾ ਅਤੇ ਉਹ ਗਲਤ ਕੰਮਾਂ 'ਚ ਪੈ ਜਾਂਦਾ। ਉੱਥੋਂ ਦੀ ਉਹ ਇਸ ਲੈਵਲ ਤੱਕ ਉਹ ਡਿਸਕਨੈਕਟ ਹੋ ਜਾਂਦਾ ਕਿ ਉਹਦਾ ਨਾਂ ਕਿਰਨਦੀਪ ਹੁੰਦਾ ਲੇਕਿਨ ਉਹ ਚਾਹੁੰਦਾ ਉਹ ਆਪਣੇ ਨਾਮ ਨੂੰ ਰੱਖਣਾ ਹੀ ਨਹੀਂ ਚਾਹੁੰਦਾ, ਉਹ ਕਿਹੜੀ ਕਹਾਉਂਦਾ ਆਪਣੇ ਆਪ ਨੂੰ, ਤਾਂ ਜੀ ਉਹ ਫਿਰ ਉਹਦੀ ਲਾਈਫ ਦੇ ਵਿੱਚ ਇੱਕ ਇੱਦਾਂ ਦਾ ਇੰਸੀਡੈਂਟ ਹੁੰਦਾ, ਕੁੜੀ ਆਉਂਦੀ ਹੈ ਬੜੀ ਸਿੰਪਲ ਜੀ, ਹੋਮਲੀ ਔਰ ਬਹੁਤ ਸਟਰੋਂਗ ਕਰੈਕਟਰ ਦੀ ਕੁੜੀ ਹੁੰਦੀ ਹੈ, ਅਤੇ ਉਹਨੂੰ ਉਹਦੇ ਨਾਲ ਉਹਨਾਂ ਦਾ ਇੱਕ ਬਹੁਤ ਸੋਹਣੀ ਜਿਹੀ ਇੱਕ ਲਵ ਕੈਮਿਸਟਰੀ ਵੀ ਹੈ ਫਿਲਮ ਦੇ ਵਿੱਚ, ਕਿੱਦਾਂ ਉਹ ਵਾਪਸੀ ਪੰਜਾਬ ਜਾਂਦਾ ਵਿਰਸੇ ਨਾਲ ਜੁੜਦਾ, ਜੁੜ ਕੇ ਫਿਰ ਉਹ ਕੇਡੀ ਤੋਂ ਫਿਰ ਮੁੜ ਕੇ ਕਿਰਨਦੀਪ ਸਿੰਘ ਬਣਦਾ। ਅਤੇ ਇਸ ਪੂਰੇ ਜਰਨੀ ਦੇ ਵਿੱਚ, ਉਸ ਕਰੈਕਟਰ ਦੀ ਜਰਨੀ ਦੇ ਵਿੱਚ ਕਈ ਉਤਾਰ ਚੜਾਅ ਇਹੋ ਜਿਹੇ ਆਉਂਦੇ ਆ, ਕਈ ਟਵਿਸਟ ਐਂਡ ਟਰਨਸ ਫਿਲਮ ਦੇ ਵਿੱਚ ਹੈਗੇ ਆ, ਜਿਹੜੇ ਆਡੀਅੰਸ ਲਈ ਵੀ ਟਵਿਸਟ ਐਂਡ ਟਰਨਸ ਹੋਣਗੇ, ਆ ਤੁਸੀਂ ਬਾਰ ਬਾਰ ਦੇਖੋਗੇ ਕਹੋਗੇ ਯਾਰ ਹੁਣ ਕੀ ਹੋਊਗਾ ਹੁਣ ਕੀ ਹੋਊਗਾ, ਅਤੇ ਉਹ ਕਰੈਕਟਰ ਦੇ ਲਈ ਇਹ ਵੀ ਰੱਖਿਆ ਜੱਟਾ ਡੋਲੀ ਆ। ਹਾਂਜੀ ਇਮੋਸ਼ਨਲ ਵੀ ਹੋ ਜਾਂਦਾ ਜੀ, ਕਰੈਕਟਰ ਇਮੋਸ਼ਨਲ ਵੀ ਹੁੰਦਾ ਹੈ, ਕਰੈਕਟਰ ਜਿਹੜਾ ਉਹ ਡਿਸਹਾਰਟਨ ਵੀ ਹੁੰਦਾ ਹੈ, ਕਰੈਕਟਰ ਨੂੰ ਪਿਆਰ ਵੀ ਹੁੰਦਾ ਹੈ, ਕਰੈਕਟਰ ਮਿਹਨਤ ਵੀ ਕਰਦਾ ਹੈ, ਕਰੈਕਟਰ ਜਿਹੜਾ ਆਪਣੇ ਪਿਆਰ ਨੂੰ ਪਾਉਣ ਲਈ ਲੜਦਾ ਵੀ ਆ,
ਕਰੈਕਟਰ ਜਿਹੜਾ ਉਹ ਗੱਤਕਾ ਸਿੱਖਣ ਲਈ ਜ਼ੋਰ ਵੀ ਮਾਰਦਾ, ਕਰੈਕਟਰ ਜਿਹੜਾ ਐਂਡ ਦੇ ਵਿੱਚ ਗੱਤਕਾ ਖੇਡਦਾ ਵੀ ਆ। ਗੱਤਕੇ ਦੇ ਜ਼ੋਰ ਤੁਸੀਂ ਦਿਖਾਏ ਵੀਡੀਓ ਵਿੱਚ, ਤੁਹਾਨੂੰ ਕੋਈ ਖਾਸ ਟ੍ਰੇਨਿੰਗ ਵੀ ਲਈ ਸੀ? ਮੈਂ ਗੱਤਕੇ ਦਾ ਵਿੱਚ ਮੈਂ ਗੱਤਕਾ ਸਿੱਖਿਆ ਹੋਇਆ ਜੀ ਪਹਿਲਾਂ, ਮੈਂ ਟ੍ਰੇਨਡ ਪਲੇਅਰ ਹਾਂ ਗੱਤਕੇ ਦਾ। ਉੱਥੋਂ ਹੀ ਸੋਝੀ ਆਈ ਕਿ ਇੱਕ ਫਿਲਮ ਜਿਹੜੀ ਆ ਉਹ ਗੱਤਕੇ ਦੇ ਉੱਤੇ ਬਣਾਉਣੀ ਚਾਹੀਦੀ ਹੈ, ਕਿਉਂਕਿ ਬੜੀ ਸੈਡ ਗੱਲ ਆ, ਬੜੀ ਦੁਖਦਾਈ ਗੱਲ ਹੈ ਕਿ ਜੋ ਤਵੱਜੋ ਜੋ ਰਿਸਪੈਕਟ ਗੱਤਕੇ ਨੂੰ ਮਿਲਣੀ ਚਾਹੀਦੀ ਹੈ, ਜਿਹਨੂੰ ਅਸੀਂ ਸਿੱਖ ਸ਼ਸਤਰ ਵਿੱਦਿਆ ਵੀ ਕਹਿੰਦੇ ਹਾਂ, ਉਹ ਮਿਲਦੀ ਨਹੀਂ ਹੈ। ਅਤੇ ਮੈਂ ਪਲੇਅਰ ਵੀ ਹਾਂ ਅਤੇ ਮੈਂ ਦਿੱਲੀ ਤੌਰ 'ਤੇ ਚਾਹੁੰਦਾ ਸੀਗਾ ਕੋਈ ਐਸਾ ਜਿਹਾ ਕਨਸੈਪਟ ਲੈ ਕੇ ਆਈਏ ਜਿਹਦੇ ਨਾਲ ਆਡੀਅੰਸ ਇੱਕ ਬਹੁਤ ਫਨ ਲਵਿੰਗ ਵੇ ਦੇ ਵਿੱਚ, ਇੱਕ ਬਹੁਤ ਐਂਟਰਟੇਨਿੰਗ ਵੇ ਦੇ ਵਿੱਚ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਗੱਤਕਾ ਸਿੱਖੇ ਜੀ। ਹਾਂਜੀ, ਬਹੁਤ ਵਧੀਆ ਤੁਹਾਡਾ ਸਵਾਲ ਹੈ। ਮੈਨੂੰ ਅਸੀਂ ਅੱਜ 6-7 ਦਿਨ ਹੋ ਗਏ ਇੰਟਰਵਿਊ ਕਰਦੇ ਨੂੰ, ਅਤੇ ਮੈਨੂੰ ਲੱਗਦਾ ਅੱਜ ਤੱਕ ਸਿਰਫ ਦੂਜੀ ਵਾਰ ਸਵਾਲ ਆਇਆ ਤੁਹਾਡੇ ਵੱਲੋਂ, ਅਤੇ ਬਹੁਤ ਅੱਛਾ ਸਵਾਲ ਹੈ ਜੀ। ਈਗੋ ਔਰ ਕੌਨਫੀਡੈਂਸ ਦੇ ਵਿੱਚ ਨਾ ਬਹੁਤ ਮਹੀਨ ਜਿਹਾ ਫਰਕ ਹੁੰਦਾ, ਆਮੂਮਨ ਦੇਖਿਆ ਜਾਂਦਾ। ਇਸ ਫਿਲਮ ਦੇ ਵਿੱਚ ਵੀ ਜਿਹੜਾ ਹੀਰੋ ਹੈਗਾ ਉਹ ਵੀ ਗੱਤਕੇ ਦਾ ਪਲੇਅਰ ਬਣਦਾ ਲੇਟਰ ਅੱਗੇ ਜਾ ਕੇ, ਅਤੇ ਜਿਹੜਾ ਵਿਲਨ ਹੈਗਾ ਉਹ ਵੀ ਗੱਤਕਾ ਖੇਡਦਾ। ਹੁਣ ਜਦੋਂ ਕਿਸੇ ਕੋਲ ਕੋਈ ਪਾਵਰ ਹੁੰਦੀ ਹੈ, ਜਦੋਂ ਕੋਈ ਬੰਦਾ ਇੱਦਾਂ ਹੁੰਦਾ ਕਿ ਕਹਿੰਦਾ ਕਿ ਵੀ ਮੈਂ ਬਈ ਮੇਰੇ ਕੋਲ ਪਾਵਰ ਹੈ, ਤਾਂ ਉਹਦੇ ਵਿੱਚ ਉਦੋਂ ਈਗੋ ਜਿਹੜੀ ਆ ਉਹ ਉਤਪੰਨ ਹੋ ਜਾਂਦੀ ਹੈ, ਉਹ ਬਣ ਜਾਂਦੀ ਹੁੰਦੀ ਆ। ਜਦੋਂ ਕਹਿੰਦਾ ਵੀ ਮੇਰੇ 'ਚ ਕੋਈ ਹੈ ਹੀ ਨਹੀਂ, ਮੇਰੇ ਤੋਂ ਵੱਡਾ ਤਾਂ ਕੋਈ ਹੈ ਹੀ ਨਹੀਂ, ਅਤੇ ਇੱਕ ਉਹ ਹੋਮੇ ਆ ਜਾਂਦਾ, ਹੋਮੇ ਜਿਹਨੂੰ ਅਸੀਂ ਕਹਿੰਦੇ ਹਾਂ, ਈਗੋ ਹੀ ਕਹਿੰਦੇ ਹਾਂ ਉਹਨੂੰ, ਉਹਦੀ ਇੱਕ ਫਾਈਟ ਹੁੰਦੀ ਹੈ ਇੱਕ ਉਸ ਕੌਨਫੀਡੈਂਸ ਨਾਲ ਕਿ ਮੈਂ ਇਹ ਕਰ ਸਕਦਾ ਹਾਂ। ਕੌਨਫੀਡੈਂਸ ਇਹ ਹੈਗਾ ਕਿ ਮੈਂ ਇਹ ਕਰ ਸਕਦਾ, ਮੈਂ ਕਰਾਂਗਾ। ਈਗੋ ਹੁੰਦਾ ਕਿ ਮੇਰੇ ਤੋਂ ਵਧੀਆ ਕੋਈ ਕਰ ਹੀ ਨਹੀਂ ਸਕਦਾ, ਕਿਹੜਾ ਹੈਗਾ ਜਿਹੜਾ ਕਰ ਸਕਦਾ। ਉਸ ਚੀਜ਼ ਦੀ ਇੱਕ ਬੜੀ ਇੱਕ ਫਾਈਟ ਹੈਗੀ ਪੂਰੀ ਫਿਲਮ ਦੇ ਅੰਦਰ, ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਜੀ ਇਹਦੇ ਵਿੱਚ। ਮੈਂ ਉਹਨਾਂ ਦੀ ਗੱਲ ਕੀਤੀ ਕਿ ਬੜਾ ਸਟਰੋਂਗ ਕੈਰੈਕਟਰ ਪਲੇ ਕਰ ਰਿਹਾ, ਲੇਕਿਨ ਮੈਂ ਜਿਹੜਾ ਟ੍ਰੇਲਰ ਦੇਖ ਰਿਹਾ ਸੀ ਉਹਦੇ ਵਿੱਚ ਸਟਾਰਟਿੰਗ 'ਚ ਦੇਖਿਆ ਕਿ ਰੋ ਰਹੇ ਆ ਕਲੱਬ ਦਾ ਸੀਨ। ਹਾਂਜੀ ਹਾਂਜੀ ਹਾਂਜੀ, ਅਤੇ ਫਿਰ ਤੁਸੀਂ ਤਾਂ ਸਟਾਰਟਿੰਗ 'ਚ ਅਸੀਂ ਦੇਖ ਰਹੇ ਹਾਂ ਕਿ ਵੱਡੇ ਵੱਡੇ ਜੱਗ ਜਿਹੜੇ ਆ ਸਿੱਧਾ ਮੂੰਹ ਨੂੰ ਲਾ ਰਹੇ ਆ। ਹਾਂਜੀ ਹਾਂਜੀ, ਉਹ ਕੀ ਟ੍ਰੈਜਡੀ ਹੁੰਦੀ ਕਿ ਮੈਡਮ ਡੋਲ ਜਾਂਦੀ ਸੀ ਸਟਾਰਟਿੰਗ 'ਚ? ਨਹੀਂ, ਮੈਡਮ ਨਹੀਂ ਡੋਲ ਜਾਂਦੇ, ਮੈਡਮ ਦਾ ਜੋ ਕਰੈਕਟਰ ਹੈਗਾ, ਮੈਂ ਜਦੋਂ ਸਟਰੋਂਗ ਕਰੈਕਟਰ ਕਿਹਾ ਉਹਦੇ ਵਿੱਚ ਗੱਲ ਹੀ ਇਹੀ ਹੈ ਕਿ ਇੱਕ ਕੁੜੀ ਆ ਪੰਜਾਬ ਦੇ ਪਿੰਡ ਤੋਂ ਆਉਂਦੀ ਆ, ਆਪਦੇ ਵਿਰਸੇ ਨਾਲ ਆਪਦੇ ਕਲਚਰ ਤੋਂ ਉਹ ਬਹੁਤ ਜ਼ਿਆਦਾ ਸੈਟਿਸਫਾਈਡ ਆ, ਅਤੇ ਉਹ ਬਿਲਕੁਲ ਇੱਦਾਂ ਹੀ ਚਾਹੁੰਦੀ, ਉਹਨੂੰ ਕੋਈ ਮਤਲਬ ਨਹੀਂ ਹੈ ਵੈਸਟਰਨ ਕਲਚਰ 'ਚ ਕੀ ਚੱਲ ਰਿਹਾ, ਉਹ ਬਾਏ ਚੋਇਸ ਆਪਣੀ ਉਸ ਰੂਪ 'ਚ ਹੈਗੀ ਹੈ ਜਿਹੜੇ ਰੂਪ ਨੂੰ ਉਹਨੂੰ ਰੱਬ ਵੱਲੋਂ ਮਿਲਿਆ, ਚਾਹੇ ਉਹ ਇੰਡੀਆ 'ਚ ਰਹੇ ਚਾਹੇ ਉਹ ਬਾਹਰਲੀ ਕੰਟਰੀ 'ਚ ਰਹੇ। ਤਾਂ ਜਿਹੜਾ ਤੁਸੀਂ ਗੱਲ ਕੀਤੀ ਕਿ ਅਗਰ ਉਹ ਕਲੱਬ 'ਚ ਵੀ ਜਾਂਦੀ ਹੈ ਤਦ ਵੀ ਉਹਨੇ ਸੂਟ ਪਾਇਆ ਹੁੰਦਾ ਤਾਂ ਕਿ ਉਹ ਕੰਫਰਟੇਬਲ ਹੈ ਆਪਣੇ ਉਸ ਅਟਾਇਰ ਦੇ ਅੰਦਰ, ਤਾਂ ਉੱਧਰ ਕੁਛ ਇਹੋ ਜਿਹਾ ਸੀਨ ਹੁੰਦਾ, ਕੁਛ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ ਜਿਹਦੇ ਕਰਕੇ ਉਹ ਕਰੈਕਟਰ ਨਹੀਂ ਡੋਲਦਾ ਕੁੜੀ ਦਾ, ਉਹਦੇ ਸਾਹਮਣੇ ਕੁਛ ਸਿਚੁਏਸ਼ਨਸ ਇਹੋ ਜਿਹੀ ਆ ਜਾਂਦੀਆਂ ਕਿ ਉਹ ਇੱਕ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ, ਉਹ ਤੁਸੀਂ ਫਿਲਮ 'ਚ ਦੇਖ ਕੇ ਤੁਹਾਨੂੰ ਪਤਾ ਲੱਗੇਗਾ ਜੀ। ਮੈਮ ਤੁਹਾਡਾ ਕਿਹੋ ਜਿਹਾ ਤਜਰਬਾ ਰਿਹਾ ਜੀ ਫਿਲਮ ਦਾ? ਬਹੁਤ ਵਧੀਆ ਰਿਹਾ ਸਾਡਾ, ਬਹੁਤ ਸੋਹਣੀ ਜਰਨੀ ਸੀਗੀ, ਬਹੁਤ ਵਧੀਆ ਸਾਡਾ ਸਮੂਥਲੀ ਸ਼ੂਟ ਚੱਲਿਆ, ਬਹੁਤ ਅਸੀਂ ਇੰਜੋਏ ਕੀਤਾ ਸ਼ੂਟ 'ਤੇ, ਔਨ ਸਕਰੀਨ ਆਫ ਸਕਰੀਨ ਸਾਡੀ ਕਮਿਸਟਰੀ ਬਹੁਤ ਵਧੀਆ ਰਹੀ ਆ, ਬਹੁਤ ਸਟਰੋਂਗ ਕਮਿਸਟਰੀ ਸੀਗੀ, ਅਤੇ ਭੁਪਿੰਦਰ ਸਰ ਨੇ ਬਹੁਤ ਸੋਹਣੀ ਫਿਲਮ ਨੂੰ ਡਾਇਰੈਕਟ ਕੀਤਾ, ਬਹੁਤ ਬਰੀਕੀਆਂ ਨਾਲ ਸਾਨੂੰ ਕੰਮ ਕਰਵਾਇਆ, ਅਤੇ ਜਰਨੈਲ ਭਾਅ ਜੀ ਨੂੰ ਤਾਂ ਤੁਸੀਂ ਜਾਣਦੇ ਹੋ, ਉਹਨਾਂ ਦਾ ਹਮੇਸ਼ਾ ਹੀ ਅਸੀਂ ਕੰਮ ਨੂੰ ਬਹੁਤ ਸਲਾਹੁੰਦੇ ਹਾਂ, ਅਤੇ ਸਨੀ ਭਾਅ ਜੀ ਨੂੰ ਅਤੇ ਹਮੇਸ਼ਾ ਹੀ ਆਪਾਂ ਇੱਕ ਵੱਡੇ ਪਰਦਿਆਂ 'ਤੇ ਦੇਖਦੇ ਹੁੰਦੇ ਹਾਂ, ਅਤੇ ਬਹੁਤ ਵਧੀਆ ਰਿਹਾ ਓਵਰਆਲ ਸਾਡੀ ਫਿਲਮ। ਗੱਤਕੇ ਨੂੰ ਪ੍ਰਮੋਟ ਕਰਦੇ ਹਾਂ ਅਸੀਂ, ਜੋ ਕਲਚਰ ਅਤੇ ਰਿਲੀਜੀਅਸ ਨੂੰ ਪ੍ਰਮੋਟ ਕਰਦੇ ਹਾਂ, ਇੱਕ ਡਿਫਰੈਂਟ ਕੰਸੈਪਟ ਲੈ ਕੇ ਆ ਰਹੇ ਹਾਂ। ਅੱਛਾ, ਜਰਨੈਲ ਜੀ ਅਤੇ ਸਨੀ ਦੀ ਗੱਲ ਕਰੀਏ, ਉਹਨਾਂ ਦਾ ਆਪਣਾ ਇੱਕ ਔਰਾ ਕ੍ਰੀਏਟ ਕੀਤਾ ਹੋਇਆ, ਹੁਣ ਵੀ ਅਸੀਂ ਇੱਥੇ ਬੈਠੇ ਹਾਂ ਤਾਂ ਮਹਿਸੂਸ ਕਰ ਪਾ ਰਹੇ ਹਾਂ ਸਾਰੇ ਨੂੰ। ਜੀ ਜੀ, ਅਤੇ ਸਰ ਤੁਹਾਡੇ ਡਾਇਲੋਗ ਜਿਹੜੇ ਅਸੀਂ ਕਈ ਵੇਲੇ ਇੰਸਟਾ 'ਤੇ ਵੀ ਦੇਖਦੇ ਹਾਂ ਜਾਂ ਯੂਟਿਊਬ 'ਤੇ ਵੀ ਦੇਖਦੇ ਹਾਂ, ਬਹੁਤ ਪਾਪੂਲਰ ਹੁੰਦੇ, ਇਹ 'ਚ ਕੋਈ ਇਹੋ ਜਿਹਾ ਡਾਇਲੋਗ ਜਿਹੜਾ ਕਿਸੇ ਨੂੰ ਇੰਸਪਾਇਰ ਕਰ ਸਕੇ?
ਨਹੀਂ, ਮੈਨੂੰ ਲੱਗਦਾ ਕਿ ਡਾਇਲੋਗਸ ਬਹੁਤ ਨੇ ਪਰ ਫਿਲਮ ਨੂੰ ਬਣਿਆ ਬਹੁਤ ਚਿਰ ਹੋ ਗਿਆ। ਅੱਛਾ ਜੀ। ਐਸ ਸੱਚ ਕੋਈ ਡਾਇਲੋਗ ਮੈਨੂੰ ਚੇਤੇ ਨਹੀਂ, ਪਰ ਇੱਕ ਡਾਇਲੋਗ ਹੈਗਾ ਵੀ ਜਿੱਥੇ ਉਹ ਟੁੱਟ ਜਾਂਦਾ ਆਪਣੇ ਮੁੰਡੇ ਨੂੰ ਵੇਖ ਕੇ ਵੀ ਇਹ ਸੁਧਰਦਾ ਹੀ ਨਹੀਂ ਆ। ਹਾਂਜੀ, ਬੇਟੇ ਦਾ ਕਰੈਕਟਰ ਕੀਤਾ ਤਾਂ ਉਹਦੇ ਵਿੱਚ ਉਹ ਕਹਿੰਦਾ ਵੀ ਚੰਗਾ ਹੁੰਦਾ ਤੂੰ ਵੀ ਆਪਣੀ ਮਾਂ ਦੇ ਨਾਲ ਹੀ ਮਰ ਜਾਂਦਾ, ਅਤੇ ਮੈਂ ਸੋਚਦਾ ਕਿ ਤੂੰ ਮੇਰਾ ਕੋਈ ਹੈ ਹੀ ਨਹੀਂ ਸੀ, ਇੱਦਾਂ ਦਾ ਇੱਕ ਡਾਇਲੋਗ ਸੀਗਾ। ਬਾਕੀ ਤੁਹਾਡਾ ਬੇਟਾ ਤਾਂ ਵਿਗੜਦਾ ਨਹੀਂ ਚਾਹੀਦਾ ਜੀ। ਹਾਂ, ਉਹ ਵੀ ਉਹੀ ਕਹਾਣੀ ਹੈ, ਇਹੀ ਕਹਾਣੀ ਹੈ ਵੀ ਇਹਨਾਂ ਮੁਲਕਾਂ ਤੋਂ ਚੰਗੀ ਬਿਹਤਰ ਜ਼ਿੰਦਗੀ ਵਾਸਤੇ ਅਸੀਂ ਬਾਹਰ ਚਲੇ ਜਾਂਦੇ ਹਾਂ, ਬਾਹਰ ਜਾ ਕੇ ਇੱਕ ਐਸੀ ਦੌੜ ਸ਼ੁਰੂ ਹੁੰਦੀ ਹੈ ਜਿਹਨੂੰ ਪੈਸੇ ਦੀ ਦੌੜ ਕਹਿੰਦੇ ਆ, ਹੈ ਨਾ, ਉਹ ਦੌੜ ਦੇ ਵਿੱਚ ਪਿੱਛੇ ਕੀ ਕੁਛ ਛੁੱਟ ਜਾਂਦਾ ਉੱਥੇ ਪਤਾ ਨਹੀਂ ਲੱਗਦਾ, ਉਹਦੇ ਉੱਤੇ ਸਾਡਾ ਕਰੈਕਟਰ ਬੇਸਡ ਆ, ਰੀਅਲ ਕਰੈਕਟਰ, ਰੀਅਲ ਇੰਸੀਡੈਂਟਸ ਦੇ ਉੱਤੇ ਬੇਸਡ ਆ ਕਰੈਕਟਰ। ਬਹੁਤ ਸ਼ੁਕਰੀਆ ਸਰ, ਇੱਕ ਵਾਰੀ ਕਰੈਕਟਰ ਲਈ ਬੜਾ ਕਈ ਵੇਲੇ ਟਫ ਹੋ ਜਾਂਦਾ ਜੇ ਬਚੇ ਹੋਏ ਕਲਾਕਾਰ ਹੋਣ, ਕਈ ਵੇਲੇ ਈਜ਼ੀ ਬਹੁਤ ਹੋ ਜਾਂਦਾ, ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ? ਮੇਰਾ ਤਜਰਬਾ ਅਗਰ ਕਹੋਗੇ ਤਾਂ ਮੇਰੇ ਲਈ ਤਾਂ ਬਹੁਤ ਵਧੀਆ ਰਿਹਾ, ਕਿਉਂਕਿ ਸਾਰਾ ਕੰਮ ਜੋ ਕੁਛ ਕਰ ਰਹੀ ਸੀਗੀ ਉਹ ਕੁਦਰਤ ਆਪ ਹੀ ਕਰ ਰਹੀ ਸੀ, ਕਿਉਂਕਿ ਕੁਦਰਤ ਖੁਦ ਚਾਹੁੰਦੀ ਸੀ ਵੀ ਇਹੋ ਜਿਹਾ ਕੰਮ ਹੋਵੇ, ਤਾਂ ਹੀ ਇਹ ਹੋ ਸਕਿਆ। ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਸਭ ਕੁਛ ਉਹਦੇ ਹੁਕਮ 'ਚ ਹੋ ਰਿਹਾ, ਅਤੇ ਜਿੰਨਾ ਕੁਛ ਵੀ ਹੋਇਆ ਉਹਦੇ 'ਚ ਸਭ ਕੁਛ ਉਹਦੇ ਹੁਕਮ 'ਚ ਹੋਇਆ। ਔਰ ਮੇਰੇ ਲਈ ਸਭ ਤੋਂ ਵਧੀਆ ਗੱਲ ਇਹ ਸੀਗੀ ਕਿ ਜਦੋਂ ਅਸੀਂ ਫਿਲਮ ਦੀ ਸ਼ੁਰੂਆਤ ਕੀਤੀ ਹੈ ਨਾ, ਸਾਡਾ ਪਹਿਲੇ ਦਿਨ ਤੋਂ ਹੀ ਲੈ ਕੇ ਫਿਲਮ ਕੰਪਲੀਟ ਕਰਨ ਤੱਕ ਸਾਰਾ ਕੁਛ ਆਟੋਮੈਟਿਕ ਹੀ ਵਧੀਆ ਹੁੰਦਾ ਗਿਆ, ਹਰ ਚੀਜ਼ ਵਧੀਆ ਆਟੋਮੈਟਿਕ ਉਹ ਚੀਜ਼ਾਂ ਜੁੜਦੀਆਂ ਗਈਆਂ। ਠੀਕ ਹੈ, ਬਾਕੀ ਇਹ ਹੈਗਾ ਕਿ ਜ਼ਿੰਦਗੀ 'ਚ ਅਸੀਂ ਕੁਛ ਵੀ ਕੰਮ ਕਰਦੇ ਹਾਂ, ਸਾਡੇ ਨਾਲ ਅਗਰ ਅੱਛਾ ਹੋਣਾ ਸ਼ੁਰੂ ਹੋ ਜਾਂਦਾ ਤਾਂ ਸਮਝ ਲਓ ਅੱਛਾਈ ਦੇ ਰਸਤੇ 'ਚ ਅਗਰ ਚੱਲ ਰਹੇ ਤਾਂ ਅੱਛਾ ਹੋਣਾ ਆਟੋਮੈਟਿਕ ਸ਼ੁਰੂ ਹੋਏਗਾ ਉਹਦੇ। ਹਾਂਜੀ ਸਰ, ਇਹ ਥੀਮ ਫਿਰ ਕਿੱਥੋਂ ਸ਼ੁਰੂ ਹੋਇਆ? ਫਿਲਮ ਦਾ ਜਿਹੜਾ ਥੀਮ ਸੀਗਾ ਉਹ ਕਿਰਨਦੀਪ ਰਾਜ ਦੇ ਮਤਲਬ ਕਿ ਜ਼ਹਿਨ 'ਚ ਸੀਗਾ, ਕਿਉਂਕਿ ਇਹ ਖੁਦ ਗੱਤਕੇ ਦਾ ਖਿਡਾਰੀ ਸੀਗਾ ਅਤੇ ਖੁਦ ਵੀ ਚਾਹੁੰਦੇ ਸੀ ਵੀ ਅਸੀਂ ਵੀ ਗੱਤਕੇ ਦੇ ਉੱਤੇ ਐਸਾ ਕੰਮ ਕਰੀਏ, ਕਿਉਂਕਿ ਦੋ ਫਿਲਮਾਂ ਪਹਿਲੇ ਮੈਂ ਕੀਤੀਆਂ ਸੀਗੀਆਂ, ਉਹ 'ਚ ਕਿਰਨਦੀਪ ਨੂੰ ਪਹਿਲੀ ਫਿਲਮ ਜਿੰਦਰਾ ਹੈ ਜਿਹੜੀ ਉਹਦੇ 'ਚ ਲੈ ਕੇ ਆਉਂਦਾ ਸੀਗਾ, ਦੂਸਰੀ ਫਿਲਮ ਸੋਹ ਮਿੱਟੀ ਜਿਹੜੀ ਕਿਸਾਨੀ ਮੁੱਦੇ ਦੇ ਉੱਤੇ ਸੀਗੀ, ਅਤੇ ਹਾਲਾਂਕਿ ਕਿੰਨਾ ਵੱਡਾ ਅੰਦੋਲਨ ਸੀਗਾ, ਕਿਸੇ ਨੇ ਉਹਦੇ 'ਤੇ ਫਿਲਮ ਹੀ ਨਹੀਂ ਬਣਾਈ ਕਿਸਾਨੀ ਦੇ ਉੱਤੇ, ਫਿਰ ਫਿਲਮ ਬਣਾਈ ਸੋਹ ਮਿੱਟੀ ਦੀ। ਅਤੇ ਕਿਰਨਦੀਪ ਨੇ ਜਦੋਂ ਇਹ ਦੋਵੇਂ ਫਿਲਮਾਂ ਨੂੰ ਜਦੋਂ ਕੀਤਾ ਤਾਂ ਉਹਨਾਂ ਦੇ ਅੰਦਰ ਕਿਰਦਾਰ ਬਹੁਤ ਸਾਰੇ ਅਲੱਗ ਅਲੱਗ ਚੇਂਜਿੰਗ ਸੀਗੀ ਇਹਦੀ, ਬਹੁਤ ਵੱਡੀ ਜਰਨੀ ਸੀਗੀ, ਪਹਿਲੀ ਫਿਲਮ 'ਚ ਵੀ ਬਹੁਤ ਵੱਡੀ ਜਰਨੀ ਸੀਗੀ। ਅਤੇ ਜਦੋਂ ਉਹ ਫਿਲਮਾਂ ਨੂੰ ਕੀਤਾ ਤਾਂ ਕਿਰਨਦੀਪ ਨੂੰ ਲੱਗਿਆ ਵੀ ਭਾਅ ਜੀ ਨਾਲ ਗੱਲ ਕੀਤੀ ਜਾਏ ਇਸ ਟੋਪਿਕ ਬਾਰੇ, ਕਿਉਂਕਿ ਇਹ ਵੱਖ ਵੱਖ ਅਲੱਗ ਅਲੱਗ ਸਬਜੈਕਟ ਦੇ ਉੱਤੇ ਵੱਖਰਾ ਹੀ ਕੰਮ ਕਰਦੇ ਨੇ, ਅਤੇ ਇਸ ਕਰਕੇ ਕਿਰਨਦੀਪ ਨੇ ਜਦੋਂ ਦੱਸਿਆ ਮੈਨੂੰ, ਮੈਂ ਕਿਹਾ ਬਹੁਤ ਵਧੀਆ ਸਬਜੈਕਟ ਹੈ ਔਰ ਸਾਨੂੰ ਇਹ ਕਰਨਾ ਚਾਹੀਦਾ, ਕਿਉਂਕਿ ਗੱਤਕਾ ਆਪਣੀ 6ਵੀਂ ਪਾਤਸ਼ਾਹੀ ਤੋਂ ਸ਼ੁਰੂ ਹੋਇਆ ਸੀ, ਗੱਤਕਾ ਇੱਕ ਸੋਟੀ ਦਾ ਨਾਮ ਹੈ ਅਤੇ ਸੈਲਫ ਡਿਫੈਂਸ ਵਾਸਤੇ ਹੈ, ਅਤੇ ਅਸੀਂ ਦੂਜਿਆਂ ਦੀ ਰੱਖਿਆ ਵਾਸਤੇ ਵੀ ਬਲਕਿ ਇਸ ਨੂੰ ਯੂਜ਼ ਕਰ। 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਗੱਤਕੇ ਦੀ ਜਦੋਂ ਸ਼ੁਰੂਆਤ ਕੀਤੀ ਸੀਗੀ ਅਤੇ 10ਵੀਂ ਪਾਤਸ਼ਾਹੀ ਨੇ ਅਨੇਕਾਂ ਸ਼ਸਤਰਾਂ ਨੂੰ ਵਿੱਚ ਸ਼ਾਮਿਲ ਕਰਕੇ ਸਿੱਖ ਸ਼ਸਤਰ ਵਿੱਦਿਆ ਦਾ ਨਾਮ ਦਿੱਤਾ, ਅਤੇ ਅੱਜ ਨੂੰ ਸਿੱਖ ਮਾਰਸ਼ਲ ਆਰਟ ਦੇ ਨਾਂ ਤੋਂ ਜਾਣਦੇ ਹਾਂ। ਔਰ ਸਾਡੇ ਲਈ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਕਿ ਨੈਸ਼ਨਲ ਓਲੰਪਿਕ ਗੇਮ ਦੇ ਅੰਦਰ ਗੱਤਕਾ ਇਨਰੋਲ ਹੋ ਗਿਆ, ਜਿਹਦਾ ਕਿ ਅਕਤੂਬਰ ਦੇ ਅੰਦਰ ਪਹਿਲਾ ਪ੍ਰੋਗਰਾਮ ਗੋਆ 'ਚ ਕੀਤਾ ਗਿਆ ਹੈ। ਬਹੁਤ ਸਾਰੇ ਖਿਡਾਰੀਆਂ ਨੂੰ ਉੱਥੇ ਸਿਲਵਰ ਮੈਡਲ, ਗੋਲਡ ਮੈਡਲ ਮਿਲੇ, ਇਹ ਸਾਡੇ ਲਈ ਬੜਾ ਵੱਡੀ ਗੱਲ ਹੈ, ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਖੇਡ ਦੇ ਨਾਲ ਖੇਡਦੇ ਖੇਡਦੇ ਅਸੀਂ ਆਪਣੇ ਆਪ ਨੂੰ ਬਚਾ ਜਾਣਾ ਅਤੇ ਦੂਜੇ ਨੂੰ ਵੀ ਬਚਾ ਜਾਣਾ। ਹਾਂਜੀ, ਮੇਰਾ ਇਸ ਫਿਲਮ 'ਚ ਕਿਰਦਾਰ ਹੈਗਾ ਜਦੋਂ ਇਹ ਵਾਪਸ ਆਉਂਦਾ ਪਿੰਡ, ਗੱਤਕਾ ਸਿੱਖਣਾ ਚਾਹੁੰਦਾ ਅਤੇ ਇਹ ਲੱਭਦਾ ਕੋਈ ਉਸਤਾਦ ਕਿਹੜਾ ਹੈਗਾ, ਉਹ ਫਿਰ
ਕਿਸੇ ਨੇ ਦੱਸਿਆ ਵੀ ਮੈਂ ਗੁਰਦੁਆਰੇ ਦਾ ਗ੍ਰੰਥੀ ਵੀ ਦਿਖਾਇਆ ਅਤੇ ਮੈਂ ਗੱਤਕੇ ਦਾ ਮਾਸਟਰ ਵੀ ਦਿਖਾਇਆ, ਇਹ ਮੈਂ ਇਹਨੂੰ ਫਿਰ ਸਿਖਾਉਣਾ? ਮੈਂ ਸ਼ੁਰੂ ਸ਼ੁਰੂ ਤਾਂ ਨਾ ਕਰ ਦਿੰਦਾ ਵੀ ਪਤਾ ਨਹੀਂ, ਬਟ ਇਹਦਾ ਜਨੂੰਨ ਦੇਖ ਕੇ ਕਿ ਫਿਰ ਮੈਂ ਮਨ ਜਾਣਾ ਵੀ ਠੀਕ ਹੈ ਤੈਨੂੰ ਗੱਤਕਾ ਸੁਣਾਏ ਸਿਖਾਊਂਗਾ, ਫਿਰ ਸਿਖਾਉਣੇ ਆ ਬਹੁਤ ਮਿਹਨਤ ਇਹਦੇ ਵੱਲੋਂ ਵੀ ਹੁੰਦੀ ਮੇਰੇ ਵੱਲੋਂ ਵੀ ਹੁੰਦੀ ਸਿਖਾਉਣ 'ਚ, ਅਤੇ ਅਲਟੀਮੇਟਲੀ ਤਾਂ ਫਿਰ ਹੈਪੀ ਐਂਡਿੰਗ ਗੱਤਕਾ ਕੰਪਟੀਸ਼ਨ ਜਿੱਤਦਾ, ਅਤੇ ਮਤਲਬ ਬੜਾ ਚੈਲੇਂਜ ਮੇਰੇ ਲਈ ਚੈਲੇਂਜਿੰਗ ਕਰੈਕਟਰ ਸੀ ਕਿਉਂਕਿ ਮੈਨੂੰ ਗੱਤਕਾ ਆਉਂਦਾ ਨਹੀਂ, ਬਟ ਟ੍ਰੇਨਿੰਗ ਬਸ ਔਨ ਦਾ ਸਪੋਟ ਹੀ ਹੁੰਦਾ ਸੀਗਾ ਜਦੋਂ ਸ਼ਾਰਟ ਲੈਣਾ, ਪਹਿਲੇ ਮੈਨੂੰ ਸਿਖਾਉਂਦੇ ਸੀ ਫਿਰ ਹਾਂ, ਅਤੇ ਬਟ ਮਤਲਬ ਮੇਰੇ ਲਈ ਜ਼ਿੰਦਗੀ ਦਾ ਬਿਹਤਰੀਨ ਕਰੈਕਟਰ ਹੈ। ਚਲੋ ਸਰ, ਕਲਾਸ ਵੱਲ ਕੇ 5 ਤਰੀਕ ਨੂੰ ਲੋਕ ਥੀਏਟਰ ਵਿੱਚ ਕਿਉਂ ਆਉਣ, ਕਿਉਂ ਫਿਲਮ ਦੇਖਣ? ਹਾਂਜੀ, 5 ਤਰੀਕ ਨੂੰ ਅਸੀਂ ਥੀਏਟਰ ਦੇ ਵਿੱਚ ਕਿਉਂ ਆਏ ਆਡੀਅੰਸ? ਪਹਿਲੀ ਗੱਲ ਸਵਾਲ, ਪਹਿਲਾ ਸਵਾਲ ਮੇਰਾ ਇਹੀ ਹੁੰਦਾ, ਮੈਂ ਪੁੱਛਦਾ ਵੀ ਆਪਣੇ ਆਪ ਨੂੰ ਵੀ ਆਡੀਅੰਸ ਕਿਸੇ ਦੀ ਫਿਲਮ ਦੇਖਣ ਨੂੰ ਵੀ ਕਿਉਂ ਜਾਵੇ? ਆਡੀਅੰਸ ਜਿਹੜੀ ਹੈ ਜੀ ਉਹ ਆਪਣਾ ਕੀਮਤੀ ਟਾਈਮ ਕੱਢ ਕੇ ਆਪਣੇ ਪੈਸੇ ਖਰਚ ਕੇ ਕਿਸੇ ਲਈ ਫਿਲਮ ਦੇਖਣ ਜਾਂਦੀ ਹੈ ਅਤੇ ਉਹ ਐਂਟਰਟੇਨ ਹੋਣ ਜਾਂਦੀ ਹੈ, ਔਰ ਜੇ ਉਸ ਐਂਟਰਟੇਨਮੈਂਟ ਦੇ ਵਿੱਚ ਉਹਨਾਂ ਨੂੰ ਕੁਛ ਸਿੱਖਣ ਨੂੰ ਵੀ ਮਿਲ ਜਾਵੇ, ਲਾਈਫ ਚੇਂਜਿੰਗ ਕੋਈ ਚੀਜ਼ ਸਿੱਖਣ ਨੂੰ ਮਿਲ ਜਾਵੇ, ਤਾਂ ਮੈਂ ਸਮਝਦਾ ਉਹਨਾਂ ਦੇ ਖਰਚੇ ਹੋਏ ਪੈਸੇ ਅਤੇ ਲਾਇਆ ਹੋਇਆ ਟਾਈਮ ਜਿਹੜਾ ਉਹ ਪੂਰਾ ਭਰਪੂਰ ਉਹਨਾਂ ਦਾ ਵਸੂਲ ਹੋ ਜਾਂਦਾ। ਅਤੇ ਸਾਡੀ ਜਿਹੜੀ ਇਹ ਫਿਲਮ ਹੈ ਜੱਟਾ ਡੋਲੀ ਨਾ, ਇੱਕ ਰੋਮੈਂਟਿਕ ਐਕਸ਼ਨ ਫਿਲਮ ਹੈ ਜਿਹਦੇ ਵਿੱਚ ਅਸੀਂ ਇਨਡਾਇਰੈਕਟ ਵੇ ਦੇ ਵਿੱਚ ਗੱਤਕੇ ਨੂੰ ਆਪਣਾ ਪ੍ਰਮੋਟ ਕਰਨਾ ਚਾਹੁੰਦੇ ਹਾਂ, ਔਰ ਲਵ ਸਟੋਰੀ ਇੱਕ ਇੱਦਾਂ ਚੱਲਦੀ ਹੈ ਜਿੱਦਾਂ ਜਿਹਦੇ ਵਿੱਚ ਇੱਕ ਕ੍ਰੀਏਟਿਵ ਵੇ ਦੇ ਵਿੱਚ ਜਿਹੜਾ ਟੋਪਿਕ ਬਣਿਆ ਜਿਹੜਾ ਅੱਜ ਤੱਕ ਕਦੀ ਪੰਜਾਬ ਫਿਲਮ ਇੰਡਸਟਰੀ ਦੇ ਵਿੱਚ ਕੀ ਕਦੀ ਲਿਆਇਆ ਨਹੀਂ ਗਿਆ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਕੌਮੇਡੀ ਫਿਲਮਾਂ ਨੂੰ ਹੀ ਜਿਹੜਾ ਪੰਜਾਬ ਦੀ ਇੰਡਸਟਰੀ ਤੋਂ ਜਾਣਿਆ ਜਾਂਦਾ, ਪਰ ਜਦਕਿ ਸਾਡਾ ਜਿਹੜਾ ਇਤਿਹਾਸ ਹੈ ਅਸੀਂ ਯੋਧਿਆਂ ਦੇ ਸਾਡੀ ਹਿਸਟਰੀ 'ਚੋਂ ਅਸੀਂ ਆਉਂਦੇ ਹਾਂ। ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦਾ ਕਿ ਸਾਡੀ ਇਹ ਫਿਲਮ ਦੇਖਣ ਜਾਓਗੇ, ਤੁਹਾਡਾ ਇੱਕ ਵੀ ਮਿੰਟ, ਤੁਹਾਡਾ ਇੱਕ ਵੀ ਰੁਪਈਆ ਬਿਲਕੁਲ ਵੀ ਵੇਸਟ ਨਹੀਂ ਹੋਊਗਾ, ਤੁਹਾਨੂੰ ਇੱਕ ਵੀ ਸੈਕਿੰਡ ਐਂ ਨਹੀਂ ਲੱਗੂਗਾ ਅਸੀਂ ਬੋਰ ਹੋ ਗਏ। ਤੁਸੀਂ ਆਪਦੇ ਵੱਡਿਆਂ ਨਾਲ, ਆਪਦੇ ਛੋਟਿਆਂ ਨਾਲ ਬੈਠ ਕੇ ਫਿਲਮ ਦੇਖ ਸਕਦੇ ਹੋ, ਹਰ ਵਰਗ ਦੇ ਬੰਦੇ ਲਈ ਇਹਦੇ ਵਿੱਚ ਕੰਟੈਂਟ ਹੈਗਾ, ਤੁਸੀਂ ਐਂਟਰਟੇਨ ਵੀ ਭਰਪੂਰ ਹੋਵੋਗੇ ਔਰ ਕੁਛ ਨਾ ਕੁਛ ਸਿੱਖ ਕੇ ਆਉਂਗੇ। ਅਤੇ ਇਸ ਫਿਲਮ ਨੂੰ ਤਾਂ ਜ਼ਰੂਰ ਦੇਖੋ, ਔਰ ਜੋ ਕਦੀ ਅੱਗੇ ਫਿਊਚਰ ਦੇ ਵਿੱਚ ਕੋਈ ਵੀ ਐਸੀ ਫਿਲਮ ਆਵੇ ਜਿਹਦੇ ਵਿੱਚ ਪੰਜਾਬ ਦਾ ਇਤਿਹਾਸ, ਪੰਜਾਬ ਦਾ ਕਲਚਰ ਕੁਛ ਐਸਾ ਕੁਛ ਵੀ ਦਿਸੇ, ਉਹਨੂੰ ਵੀ ਜ਼ਰੂਰ ਦੇਖਣਾ, ਤਾਂ ਜੋ ਫਿਲਮ ਇੰਡਸਟਰੀ ਇਸ ਪਾਸੇ ਨੂੰ ਵੀ ਤੁਰੇ ਔਰ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਦੱਬੀ ਹੋਈ ਚੀਜ਼ਾਂ ਨੂੰ ਫਲੋਰ ਕੇ ਤੁਹਾਡੇ ਸਾਹਮਣੇ ਲਿਆ ਸਕੇ। ਬਸ ਇਨ੍ਹੀਂ ਗੱਲਾਂ ਦੇ ਨਾਲ ਤੁਹਾਨੂੰ ਰਿਕੁਐਸਟ ਕਰਦੇ ਹਾਂ, ਬਿਲਕੁਲ ਪਰਿਵਾਰ ਸਮੇਤ ਆ ਸਕਦਾ ਜੀ, ਬੱਚੇ ਵੀ ਐਂਟਰਟੇਨ ਹੋਣਗੇ, ਤੁਹਾਡੇ ਵੱਡੇ ਵੀ ਐਂਟਰਟੇਨ ਹੋਣਗੇ, ਸਿਆਣੇ ਔਰ ਨਿਆਣੇ ਦੋਨੋਂ ਐਂਟਰਟੇਨ ਹੋਣਗੇ। ਹਾਂਜੀ, ਕਾਮੇਡੀ ਪਾਰਟ ਵੀ ਹੈਗਾ ਉਹਦੇ ਵਿੱਚ, ਲਾਈਟ ਹਿਊਮਰ ਹੈ ਬੜਾ ਹੀ, ਇੱਕ ਲਾਊਡ ਕਾਮੇਡੀ ਤਾਂ ਨਹੀਂ ਸਰ? ਨਹੀਂ ਜੀ, ਨਹੀਂ ਨਹੀਂ ਨਹੀਂ, ਲਾਊਡ ਕਾਮੇਡੀ ਨਹੀਂ ਹੈ ਜੀ, ਬੜੀ ਹੀ ਇੱਕ ਸਟਲ ਵੇ ਦੇ ਵਿੱਚ ਚੱਲਦਾ ਹੈ ਕੰਮ, ਕੋਈ ਸੈਂਸਲੈਸ ਕੰਮ ਨਹੀਂ ਹੈਗਾ ਕਿਸੇ ਵੀ ਐਂਗਲ ਦੇ ਵਿੱਚ। ਗੱਤਕੇ ਦੀ ਮਰਿਆਦਾ ਦਾ ਧਿਆਨ ਰੱਖਦੇ ਹੋਏ ਅਸੀਂ ਇਸ ਫਿਲਮ ਨੂੰ ਬੜੇ ਬਾਖੂਬੀ ਜੋੜਿਆ ਡਾਇਰੈਕਟਰ ਸਾਹਿਬ ਦੀ ਦੇਖ ਰੇਖ ਦੇ ਵਿੱਚ, ਅਤੇ ਬਸ ਇਹੀ ਗੱਲਾਂ ਨਾਲ ਤੁਹਾਨੂੰ ਸਭ ਨੂੰ ਬਸ ਰਿਕੁਐਸਟ ਕਰਨਾ ਚਾਹੁੰਦੇ ਹਾਂ, 5 ਤਰੀਕ ਨੂੰ ਥੋੜ੍ਹਾ ਜਿਹਾ ਟਾਈਮ ਕੱਢਿਓ ਅਤੇ ਸਾਨੂੰ ਦੇਖਣ ਜ਼ਰੂਰ ਆਇਓ, ਤੁਹਾਡੇ ਸਪੋਰਟ ਦੀ ਲੋੜ ਰਹੇਗੀ, ਬਹੁਤ ਜ਼ਿਆਦਾ ਲੋੜ ਆ, ਤਾਂ ਜੋ ਅਸੀਂ ਬਸ ਗਰੋ ਕਰ ਸਕੀਏ, ਤੁਹਾਡੇ ਲਈ ਇੱਦਾਂ ਦਾ ਕੰਟੈਂਟ ਅੱਗੇ ਵੀ ਲੈ ਕੇ ਆ ਸਕੀਏ ਜੀ। ਥੋੜਾ ਜਿਹਾ 2-3 ਘੰਟੇ ਕੱਢਾਂਗੇ। ਮਿਹਰਬਾਨੀ ਜੀ, ਬਿਲਕੁਲ, ਥੈਂਕ ਯੂ, ਥੈਂਕ ਯੂ। ਸਿੰਧੂ ਢਾਬੇ ਵਾਲੇ ਕੀ ਕਿਹੜਾ ਜੀ, ਸਾਡੇ ਭਰਾ ਆ? ਹਾਂਜੀ, ਇਹਨਾਂ ਦੀ ਹੌਸਪਿਟੈਲਿਟੀ ਕਿਹੋ ਜਿਹੀ ਲੱਗੀ ਸਿੰਧੂ ਢਾਬੇ ਵਾਲੇ? ਹਾਂਜੀ, ਅਸੀਂ ਅੱਜ ਇਹਨਾਂ ਕੋਲ ਆਏ ਹੋਏ ਸਿੰਧੂ ਢਾਬੇ ਵਾਲਿਆਂ ਕੋਲ, ਸਾਨੂੰ ਇਹਨਾਂ ਨੇ ਸੱਦਿਆ, ਅਸੀਂ ਪਹੁੰਚੇ ਇਹਨਾਂ ਦੇ ਕੋਲ ਆਪਣੀ ਸ਼ਾਮ ਦਾ ਚਾਹ ਪਾਣੀ ਪੀਣ, ਅਤੇ ਬਹੁਤ ਵਾਰਮ ਵੈਲਕਮ ਰਿਹਾ, ਬਹੁਤ ਸਭ ਕੁਛ ਵਧੀਆ ਰਿਹਾ, ਹੁਣ ਅਸੀਂ ਬੈਠੇ ਹਾਂ, ਹੁਣ ਚਾਹ ਪਾਣੀ ਪੀਣ ਲੱਗੇ ਹਾਂ, ਹੁਣ ਫਿਰ ਬਸ ਢਿੱਡ ਭਰਾਂਗੇ ਅਤੇ ਜਾ ਕੇ ਬੁੱਕਲ ਮਾਰ ਕੇ ਸੌ ਜਾਵਾਂਗੇ ਜਾ ਕੇ। ਚਲੋ, 5 ਫਿਲਮ ਤੁਹਾਡੀ ਸੁਪਰ ਹਿੱਟ ਹੈ ਜੱਟਾ ਡੋਲੀ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ, ਥੈਂਕ ਯੂ।